ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। क्वेश्चन कह रहे हैं, फाइंड द रूट्स ऑफ द इक्वेशन 2x स्क्वायर माइनस 5x प्लस 3 इज इक्वल टू 0 बाय फैक्टराइजेशन। अपन को क्वाड्रेटिक इक्वेशन एक दी हुई है और ओदे रूट्स कढ़ने ने फैक्टराइजेशन मेथड ना। ते इक्वेशन है 2x स्क्वायर माइनस 5x प्लस 3 बराबर 0। ਹੁਣ ਇੱਥੇ ਵੇਖਨੇ ਪਏ ਆ ਕੋਫੀਸ਼ੀਐਂਟ x ਸਕੁਆਇਰ ਦਾ ਵੇ 2 ਹੋਰ ਕੋਫੀਸ਼ੀਐਂਟ ਇਹ ਕਨਸਟੈਂਟ ਟਰਮ ਦਾ 3 ਪਲੱਸ 3 ਤੇ ਇਹ ਦੋਨਾਂ ਨੂੰ ਆਪਾਂ ਮਲਟੀਪਲਾਈ ਕਰ ਦਾਂਗੇ ਤੇ ਇਹ ਹੋ ਜਾਏਗਾ 3 ਇਨਟੂ 2 6 ਪਲੱਸ 6। ਹੁਣ ਇਹ 6 ਜਿਹੜਾ ਹੈ ਇਹਦੇ ਅਸੀਂ ਫੈਕਟਰ ਕੱਢਾਂਗੇ ਤੇ ਇਹਦੇ ਫੈਕਟਰ ਐਵੇਂ ਆਨੇ ਚਾਹੀਦੇ ਨੇ ਕਿ ਉਹਨੂੰ ਪਲੱਸ ਕਰਨ ਤੇ ਮਾਈਨਸ 5 ਆਏ ਹੋਰ ਉਹਨੂੰ ਜਦੋਂ ਅਸੀਂ ਮਲਟੀਪਲਾਈ ਕਰੀਏ ਤੇ ਉਹ 6 ਆਏ ਤੇ ਇਹਨੂੰ ਆਪਾਂ ਲਿਖ ਸਕਨੇ ਆ 2 ਹੋਰ 3 ਨੂੰ ਅਸੀਂ ਮਲਟੀਪਲਾਈ ਕਰਾਂਗੇ ਤੇ 6 ਆਏਗਾ ਹੋਰ 2 ਹੋਰ 3 ਨੂੰ ਐਡ ਕਰਾਂਗੇ ਤੇ 5 ਆਏਗਾ। ਲੇਕਿਨ ਹੁਣ ਇੱਥੇ ਵੇਖਨੇ ਪਏ ਆ ਕਿ ਇਹ ਜਿਹੜਾ ਹੈ ਇਹ ਮਾਈਨਸ ਹੈ ਤੇ ਹੋਰ ਇਹ ਜਿਹੜਾ ਦਾ ਪ੍ਰੋਡਕਟ ਹੈ ਉਹ 6 ਹੈ ਤੇ ਹੁਣ ਅਗਰ ਇਹਨੂੰ ਅਸੀਂ ਮਾਈਨਸ ਲਿਖਨੇ ਆ ਤੇ ਮਾਈਨਸ 2 ਨੂੰ ਜਦੋਂ 3 ਨਾਲ ਗੁਣਾ ਕਰਾਂਗੇ ਤੇ ਉਹ ਆਏਗਾ -6 ਲੇਕਿਨ ਇੱਥੇ ਤੇ ਪਲੱਸ ਹੈ ਔਰ ਇਹ -2 ਚ ਜਦੋਂ +3 ਕਰਾਂਗੇ ਤੇ -1 ਹੋ ਜਾਏਗਾ। ਇਹਦਾ ਮਤਲਬ ਹੋਏਗਾ ਕਿ ਇੱਥੇ ਵੀ ਸਾਨੂੰ ਮਾਈਨਸ ਲਗਾਉਣਾ ਪਏਗਾ ਫਿਰ ਇਹ ਦੋਨਾਂ ਨੂੰ ਜਦੋਂ ਗੁਣਾ ਕਰਾਂਗੇ ਤੇ ਇਹ ਹੋ ਜਾਏਗਾ -, ਪਲੱਸ ਇਹ ਵੇਖੋ ਮੈਂ ਦਿਖਾ ਦੇਣੀ ਆ -2 ਗੁਣਾ -3 ਇਹ ਕੀ ਹੋ ਜਾਏਗਾ -, ਪਲੱਸ ਔਰ 2 ਗੁਣਾ 3 ਕੀ ਹੋ ਜਾਏਗਾ 6 ਹੋ ਜਾਏਗਾ ਆ ਗਿਆ 6। ਔਰ ਅਗਰ ਇਹਨੂੰ ਆਪਾਂ ਪਲੱਸ ਕਰਨੇ ਆ ਤੇ -2 ਪਲੱਸ -3 ਇੱਥੇ ਕੀ ਹੋ ਜਾਏਗਾ -2 -3 ਸੇਮ ਸਾਈਨ ਹੈ ਇਸ ਲਈ ਐਡ ਹੋ ਜਾਣਗੇ ਤੇ ਕੀ ਹੋ ਜਾਏਗਾ -5 ਆ ਗਿਆ ਸਾਨੂੰ ਇਹ। ਹੁਣ ਅਸੀਂ ਇਹਨੂੰ ਲਿਖਾਂਗੇ ਇਸ ਇਕੁਏਸ਼ਨ ਨੂੰ ਤੇ ਇੱਥੇ ਕੀ ਹੋ ਜਾਏਗਾ 2x ਸਕੁਆਇਰ ਇਸ -5x ਦੀ ਜਗ੍ਹਾ ਆਪਾਂ ਕੀ ਲਿਖ ਸਕਨੇ ਆ -2x ਤੇ -3x ਤੇ s +3 ਨੂੰ ਲਿਖਤਾ ਆਪਣੀ ਜਗ੍ਹਾ ਤੇ। ਹੁਣ ਇਹ ਦੋਨਾਂ ਚੋਂ x 2x ਕਾਮਨ ਨਿਕਲ ਜਾਏਗਾ ਇੱਥੋਂ 2x ਕਾਮਨ ਨਿਕਲ ਜਾਏਗਾ ਤੇ ਇੱਥੇ ਬਚ ਜਾਏਗਾ x ਇੱਥੇ -1। ਹੁਣ ਇਹਨਾਂ ਦੋਨਾਂ ਚੋਂ -3 ਕਾਮਨ ਕੱਢਾਂਗੇ ਤੇ ਇੱਥੇ ਬਚ ਜਾਏਗਾ x ਮਾਈਨਸ ਕੱਢੇ ਬਾਹਰ ਤੇ ਇੱਥੇ ਸਾਈਨ ਚੇਂਜ ਹੋ ਜਾਏਗਾ ਇੱਥੇ ਆ ਜਾਏਗਾ -1 ਬਰਾਬਰ 0। ਹੁਣ ਇਹਨੂੰ ਕੀ ਲਿਖ ਸਕਨੇ ਆ ਆਪਾਂ ਇਹਨੂੰ ਲਿਖ ਸਕਨੇ ਆ x -1 ਇਹ ਦੋਨਾਂ ਚੋਂ ਕਾਮਨ ਨਿਕਲੇਗਾ ਤੇ ਇੱਥੇ ਬਚ ਜਾਏਗਾ 2x -3 ਬਰਾਬਰ 0। ਹੁਣ ਯਾਦ ਤੇ ਇਹ ਬਰਾਬਰ ਹੋਏਗਾ 0 ਤੇ x -1 0 ਦੇ ਬਰਾਬਰ ਹੋਏਗਾ ਜਾਂ 2x -3 0 ਦੇ ਬਰਾਬਰ ਹੋਏਗਾ। ਇਥੋਂ ਆਪਾਂ x ਦਾ ਮਾਨ ਕੱਢ ਲੈਣਾ ਤੇ x ਬਰਾਬਰ ਇੱਥੇ ਕੀ ਹੋ ਜਾਏਗਾ 1 ਔਰ ਇੱਥੇ ਹੋ ਜਾਏਗਾ 2x ਬਰਾਬਰ 3 ਜਾਂ x ਬਰਾਬਰ ਹੋ ਜਾਏਗਾ 3/2 ਤੇ ਸਾਨੂੰ ਰੂਟਸ ਕੱਢਨੇ ਨੇ ਇਹੀ ਸਾਡੇ ਰੂਟਸ ਹੋ ਜਾਣਗੇ ਜਿਹੜਾ x ਦਾ ਮਾਨ ਨਿਕਲਿਆ 1 ਹੋਰ 3/2 ਇਹ ਰੂਟਸ ਹੋ ਜਾਣਗੇ ਕੁਆਡ੍ਰੈਟਿਕ ਇਕੁਏਸ਼ਨ ਦੇ। ਧੰਨਵਾਦ।